ਸੋ ਜੇਕਰ ਗੱਲ ਕਰੀਏ ਕਿ ਪ੍ਰੈਕਟੀਕਲ ਡੇਟ ਸ਼ੀਟ ਕਿਹੜੇ ਕਿਹੜੇ ਕੋਰਸਿਸ ਦੀ ਅਪਲੋਡ ਹੋਈ ਹੈ ਤਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ BSc ਓਨਰ ਫਿਜਿਕਸ ਦੇ ਸਮੈਸਟਰ ਦੂਜਾ ਚੌਥਾ ਛੇਵੇਂ ਦੀ ਡੇਟ ਸ਼ੀਟ ਅਪਲੋਡ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੈਮਿਸਟਰੀ ਦੇ ਦੂਜਾ ਚੌਥਾ ਛੇਵੇਂ ਦੀ ਡੇਟ ਸ਼ੀਟ ਅਪਲੋਡ ਹੋ ਚੁੱਕੀ ਹੈ। BPED 2 ਈਅਰ ਕੋਰਸ ਹੈ, ਸਮੈਸਟਰ ਦੂਜੇ ਦੀ ਪ੍ਰੈਕਟੀਕਲ ਡੇਟ ਸ਼ੀਟ ਅਪਲੋਡ ਹੋ ਚੁੱਕੀ ਹੈ। BSc ਓਨਰ ਸਕੂਲਸ ਇਕਨੋਮਿਕਸ ਸਮੈਸਟਰ ਦੂਜਾ, BSc ਓਨਰਸ ਬਾਇਓਟੈਕਨੋਲੋਜੀ, BGMC ਸਮੈਸਟਰ ਚੌਥਾ ਅਤੇ ਛੇਵਾਂ, BA JCM ਸਮੈਸਟਰ ਚੌਥਾ ਅਤੇ ਛੇਵਾਂ, BCA ਸਮੈਸਟਰ ਛੇਵਾਂ। ਤਾਂ ਇਹ ਸਾਰੇ ਕੋਰਸਿਸ ਦੀ ਡੇਟ ਸ਼ੀਟ ਜਿਹੜੀ ਅਪਲੋਡ ਹੋ ਚੁੱਕੀ ਹੈ। ਸੋ ਜੇਕਰ ਗੱਲ ਕਰੀਏ ਆਪਾਂ ਨੈਕਸਟ ਅਪਡੇਟ ਦੀ ਕਿ ਕੁਝ ਵਿਦਿਆਰਥੀਆਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਹਨ ਕਿ ਨਹੀਂ ਆ ਚੁੱਕੇ, ਤਾਂ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਐਡਮਿਟ ਕਾਰਡ ਨੇ, ਜੇਕਰ ਤੁਸੀਂ ਰੈਗੂਲਰ ਸਟੂਡੈਂਟ ਹੋ ਤਾਂ ਤੁਹਾਡੇ ਜਿਹੜੇ ਐਡਮਿਟ ਕਾਰਡ ਨੇ ਉਹ ਪਿਛਲੇ ਸਾਲ ਵਾਲੇ ਰੋਲ ਨੰਬਰ ਹੀ ਚੱਲਦੇ ਹਨ। ਆਪਾਂ ਚੈੱਕ ਕਰ ਲੈਂਦੇ ਹਾਂ ਕਿ ਤੁਸੀਂ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ, ਤਾਂ ਜੋ ਲੇਟੈਸਟ ਅਪਡੇਟਡ ਇਨਫੋਰਮੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਜਿਹੜਾ ਇਹ ਪੇਜ ਹੈ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਲਈ ਹੈ, ਇਹਦਾ ਲਿੰਕ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਅਵੇਲੇਬਲ ਕਰਾ ਦਾਂਗਾ, ਨਾਲ ਹੀ ਟੈਲੀਗ੍ਰਾਮ ਚੈਨਲ ਦਾ ਲਿੰਕ ਉੱਥੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਤੁਸੀਂ ਨੀਚੇ ਸਕਰੋਲ ਕਰੋਗੇ ਤਾਂ ਤੁਸੀਂ ਉੱਥੇ ਜਾ ਕੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਅਤੇ ਮੈਨੂੰ ਜੇ ਕੋਈ ਪਰਸਨਲੀ ਮੈਸੇਜ ਕਰਨਾ ਤਾਂ ਡਿਟੇਲ ਲੈਣੀ ਹੈ ਤਾਂ ਤੁਸੀਂ ਕਰ ਸਕਦੇ ਹੋ। ਜੇਕਰ ਐਡਮਿਟ ਕਾਰਡ ਦੀ ਗੱਲ ਕਰੀਏ ਤਾਂ ਐਡਮਿਟ ਕਾਰਡ ਦੇ ਵਿੱਚ ਆਪਣੇ ਕੋਲ ਬਹੁਤ ਸਾਰੀਆਂ ਆਪਸ਼ਨਸ ਆਉਂਦੀਆਂ ਨੇ, ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਰਜਿਸਟ੍ਰੇਸ਼ਨ ਟਾਈਪ ਜਿਹੜੀ ਆ ਉਹ ਦੱਸਣੀ ਜ਼ਰੂਰੀ ਹੈ। ਜੇਕਰ ਆਪਾਂ ਗੱਲ ਕਰੀਏ ਤਾਂ ਰਜਿਸਟ੍ਰੇਸ਼ਨ ਟਾਈਪ ਜਿਹੜੀ ਆ ਉਹ ਤੁਹਾਨੂੰ ਦੱਸਣੀ ਜ਼ਰੂਰੀ ਹੈ, ਤਾਂ ਇੱਥੇ ਤੁਹਾਡੇ ਕੋਲ ਕਿਹੜੇ ਕਿਹੜੇ ਰਜਿਸਟ੍ਰੇਸ਼ਨ ਟਾਈਪਸ ਅਵੇਲੇਬਲ ਨੇ। ਗੱਲ ਕਰੀਏ ਜੇ ਆਪਾਂ ਰਜਿਸਟ੍ਰੇਸ਼ਨ ਟਾਈਪ ਦੇ ਵਿੱਚ ਆਪਣੇ ਕੋਲ ਪ੍ਰਾਈਵੇਟ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਿਸ ਦੇ ਸਾਰੇ ਵਿਦਿਆਰਥੀਆਂ ਦੇ ਹੈ, ਡਿਸਟੈਂਸ ਐਜੂਕੇਸ਼ਨ ਹੈ, ਰੈਗੂਲਰ ਕੋਰਸਿਸ, ਰੀਪੀਅਰ ਡੈਫੀਸ਼ੀਐਂਟ ਔਰ ਐਡੀਸ਼ਨਲ ਸਬਜੈਕਟ, ਤਾਂ ਇਹ ਸਾਰੇ ਆਪਣੇ ਕੋਲ ਰਜਿਸਟ੍ਰੇਸ਼ਨ ਟਾਈਪ ਹਨ। ਜੇਕਰ ਗੱਲ ਕਰੀਏ ਰੈਗੂਲਰ ਕੋਰਸਿਸ ਦਾ, ਰੈਗੂਲਰ ਕੋਰਸਿਸ ਦੇ ਉੱਪਰ ਜੇਕਰ ਤੁਸੀਂ ਟਿਕ ਕਰਦੇ ਹੋ ਤਾਂ ਤੁਸੀਂ ਸਿਲੈਕਟ ਕਰ ਲੈਣਾ ਹੈ। ਇਸੇ ਤਰੀਕੇ ਨਾਲ ਤੁਸੀਂ ਆਪਣਾ ਡਿਸਟੈਂਸ ਪ੍ਰਾਈਵੇਟ ਜਿਹੜਾ ਵੀ ਤੁਹਾਡਾ ਹੈ ਉਸਨੂੰ ਸਿਲੈਕਟ ਕਰ ਲੈਣਾ। ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਨੰਬਰ ਮੈਂਸ਼ਨ ਕਰ ਦੇਣਾ ਹੈ ਉਰੇ। ਫੋਰ ਐਗਜ਼ਾਮਪਲ, ਐਪਲੀਕੇਸ਼ਨ ਨੰਬਰ ਲਿਖਣ ਤੋਂ ਬਾਅਦ ਤੁਸੀਂ ਡਾਊਨਲੋਡ ਐਡਮਿਟ ਕਾਰਡ ਦੇ ਉੱਪਰ ਕਲਿੱਕ ਕਰ ਦੇਣਾ ਹੈ। ਤਾਂ ਤੁਹਾਡੇ ਕੋਲ ਡਾਊਨਲੋਡ ਐਡਮਿਟ ਕਾਰਡ ਅਵੇਲੇਬਲ ਹੋ ਚੁੱਕਿਆ ਹੈ, ਤਾਂ ਇਸ ਦੇ ਵਿੱਚ ਰੋਲ ਨੰਬਰ, ਵਿਦਿਆਰਥੀ ਦਾ ਰਜਿਸਟ੍ਰੇਸ਼ਨ ਨੰਬਰ, ਕਿਹੜੀ ਕਲਾਸ ਹੈ, ਵਿਦਿਆਰਥੀ ਦਾ ਕੀ ਨਾਮ ਹੈ, ਪਿਤਾ ਦਾ ਕੀ ਨਾਮ ਹੈ, ਪ੍ਰੀਖਿਆ ਕੇਂਦਰ, ਜੇਕਰ ਤੁਸੀਂ ਨੋਟ ਕਰੋਗੇ ਕਿ ਪ੍ਰੀਖਿਆ ਕੇਂਦਰ 942 ਲਿਖਾ ਹੈ, ਤਾਂ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ। ਜੇਕਰ ਤੁਸੀਂ ਪ੍ਰਾਈਵੇਟ ਡਿਸਟੈਂਸ ਦੇ ਵਿਦਿਆਰਥੀ ਹੋ, ਤੁਹਾਡੇ ਪੇਪਰ ਕਿੱਥੇ ਹੋਣੇ ਹਨ, ਕਈ ਵਾਰ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਹੋਰ ਕਾਲਜਿਸ ਦੇ ਵਿੱਚ ਪੇਪਰ ਹੁੰਦੇ ਹਨ, ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ? ਤਾਂ ਐਡਮਿਟ ਕਾਰਡ ਦੇ ਉੱਪਰ ਤੁਹਾਡੇ ਕੋਲ ਐਵੇਂ ਪ੍ਰੀਖਿਆ ਦਾ ਐਗਜ਼ਾਮੀਨੇਸ਼ਨ ਸੈਂਟਰ ਜਿਹੜਾ ਹੈ, ਉਰੇ ਨੋਟ ਕਰੋ। ਤਾਂ ਉਰੇ ਜਿਹੜਾ ਪ੍ਰੀਖਿਆ ਦਾ ਐਗਜ਼ਾਮੀਨੇਸ਼ਨ ਸੈਂਟਰ ਹੈ, ਤੁਸੀਂ ਇੱਥੇ ਚੈੱਕ ਕਰਨਾ ਹੈ ਕਿ ਤੁਹਾਡੇ ਕੋਲ ਕਿਹੜਾ ਨੰਬਰ ਮੈਂਸ਼ਨ ਹੈ। ਜਿਵੇਂ ਮੇਰੇ ਕੋਲ ਦੇਖੋ ਇੱਥੇ ਕੀ ਹੈ, 942 ਨੰਬਰ ਮੈਂਸ਼ਨ ਹੈ। ਜੇਕਰ 942 ਨੰਬਰ ਮੈਂ ਚੈੱਕ ਕਰਨਾ ਹੈ ਕਿ ਮੇਰੇ ਕੋਲ ਕਿੱਥੇ ਸ਼ੋ ਹੋਵੇਗਾ, ਤਾਂ ਤੁਸੀਂ ਕਰਨਾ ਕੀ ਹੈ, ਸੈਂਟਰ ਲਿਸਟ ਦੇ ਉੱਪਰ ਕਲਿੱਕ ਕਰ ਲੈਣਾ ਹੈ, ਸੈਂਟਰ ਲਿਸਟ ਡਾਊਨਲੋਡ ਹੋ ਜਾਵੇਗੀ। ਲਿਸਟ ਜਦੋਂ ਡਾਊਨਲੋਡ ਹੋ ਜਾਵੇਗੀ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ, ਹੁਣ ਜੇਕਰ ਗੱਲ ਕਰੀਏ ਕਿ 942 ਨੰਬਰ ਤੁਸੀਂ ਚੈੱਕ ਕਰ ਲੈਣਾ ਹੈ ਸਿੱਧਾ ਕਿ 942 ਨੰਬਰ ਕਿੱਥੇ ਹੈ, ਤਾਂ ਆਪਾਂ 942 ਸਰਚ ਕਰ ਲੈਂਦੇ ਹਾਂ। ਤਾਂ ਤੁਸੀਂ ਦੇਖ ਲਓ 942 ਨੰਬਰ ਜਿਹੜਾ ਕਾਲਜ ਹੈ, 184 ਨੰਬਰ ਦੇ ਉੱਪਰ 942 ਨੰਬਰ ਕਾਲਜ ਹੈ, ਸਰਕਾਰੀ ਕਾਲਜ ਅਮਰਗੜ੍ਹ ਹੈ। ਇੱਥੇ ਜਿਹੜੇ ਕੋਰਸਿਸ ਨੇ ਉਹਨਾਂ ਦੀ ਸਟਰੈਂਥ ਲਿਖੀ ਹੋਈ ਹੈ, ਤਾਂ ਕਿਹੜੇ ਕਿਹੜੇ ਪੇਪਰ ਹੋਣਗੇ। ਤਾਂ ਇਸ ਤਰੀਕੇ ਨਾਲ ਤੁਸੀਂ ਆਪਣਾ ਸੈਂਟਰ ਲਿਸਟ ਦੇ ਵਿੱਚ ਆਪਣਾ ਸੈਂਟਰ ਨੰਬਰ ਚੈੱਕ ਕਰਕੇ ਆਪਣਾ ਕਾਲਜ ਦੇਖ ਸਕਦੇ ਹੋ ਕਿ ਕਿਤੇ ਤੁਹਾਡੇ ਪੇਪਰ ਹੋਣਗੇ। ਜੇਕਰ ਗੱਲ ਕਰੀਏ ਕਿ ਕੁਝ ਪ੍ਰਾਈਵੇਟ ਵਿਦਿਆਰਥੀ ਜਾਂ ਕੁਝ ਹੋਰ ਟਾਈਪ ਦੇ ਵਿਦਿਆਰਥੀ ਜਿਹੜੇ ਨੇ, ਜਿਵੇਂ ਕਿ ਰੈਗੂਲਰ ਤੋਂ ਇਲਾਵਾ ਕੁਝ ਹੋਰ ਰਜਿਸਟ੍ਰੇਸ਼ਨ ਟਾਈਪ ਦੇ ਵਿਦਿਆਰਥੀ ਹਨ ਜਿਨ੍ਹਾਂ ਦੇ ਐਡਮਿਟ ਕਾਰਡ ਸ਼ੋ ਨਹੀਂ ਹੋ ਰਹੇ, ਤਾਂ ਆਪਾਂ ਚੈੱਕ ਕਰ ਲੈਂਦੇ ਹਾਂ। ਰੈਗੂਲਰ ਕੋਰਸਿਸ ਦੀ ਜਗ੍ਹਾ 'ਤੇ ਮੈਂ ਦੇਖੋ ਪ੍ਰਾਈਵੇਟ ਦੇ ਸਿਲੈਕਟ ਕਰ ਲੈਣਾ ਹਾਂ, ਐਪਲੀਕੇਸ਼ਨ ਨੰਬਰ ਮੈਂ ਟਾਈਪ ਕਰ ਦਿੰਦਾ ਹਾਂ। ਡਾਊਨਲੋਡ ਐਡਮਿਟ ਕਾਰਡ ਦੇ ਉੱਪਰ ਜਦੋਂ ਕਲਿੱਕ ਕਰਦੇ ਹਾਂ ਤਾਂ ਤੁਹਾਡੇ ਕੋਲ ਇੱਕ ਮੈਸੇਜ ਲਿਖਿਆ ਆ ਜਾਂਦਾ ਹੈ ਕਿ ਇਨਵੈਲਿਡ ਰਜਿਸਟ੍ਰੇਸ਼ਨ ਟਾਈਪ, ਐਪਲੀਕੇਸ਼ਨ ਨੰਬਰ, ਰੋਲ ਨੰਬਰ ਨੋਨ ਅਸਾਈਨ। ਤਾਂ ਕੁਝ ਵਿਦਿਆਰਥੀ ਜਿਹੜੇ ਨੇਗੇ ਉਰੇ ਕਨਫਿਊਜ਼ ਹੋ ਰਹੇ ਹਨ ਕਿ ਇਨਵੈਲਿਡ ਕਿਉਂ ਆ ਰਿਹਾ ਹੈ ਸਾਡਾ। ਤਾਂ ਵਿਦਿਆਰਥੀਓ ਇਹ ਗੱਲ ਨੋਟ ਕਰਨੀ ਹੈ ਹਨ ਕਿ ਇਨਵੈਲਿਡ ਕਿਉਂ ਆ ਰਿਹਾ ਹੈ ਸਾਡਾ। ਤਾਂ ਵਿਦਿਆਰਥੀਓ ਇਹ ਗੱਲ ਨੋਟ ਕਰਨੀ ਹੈ ਕਿ ਤੁਹਾਡਾ ਰੋਲ ਨੰਬਰ ਅਜੇ ਅਸਾਈਨ ਨਹੀਂ ਹੋਇਆ। ਇਨਵੈਲਿਡ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਨਵੈਲਿਡ ਕਰਾਰ ਦਿੱਤੇ ਗਏ ਹੋ, ਤੁਹਾਡਾ ਰੋਲ ਨੰਬਰ ਅਸਾਈਨ ਨਹੀਂ ਹੋਇਆ। ਰੋਲ ਨੰਬਰ ਜਿਹੜੇ ਨੇ ਅਪਡੇਟ ਹੋਣਗੇ, ਕਿਉਂਕਿ ਅਜੇ 20 ਕੁ ਦਿਨਾਂ ਦਾ ਟਾਈਮ ਹੈ ਜਿਸ ਦੇ ਵਿੱਚ ਪੇਪਰ ਸਟਾਰਟ ਹੋਣਗੇ। ਸੋ ਹੌਲੀ ਹੌਲੀ ਸਾਰੇ ਕੋਰਸਿਸ ਦੇ, ਸਾਰੇ ਟਾਈਪ ਦੇ ਰਜਿਸਟ੍ਰੇਸ਼ਨ ਦੇ, ਯਾਨੀ ਕਿ ਪ੍ਰਾਈਵੇਟ ਡਿਸਟੈਂਸ, ਰੈਗੂਲਰ, ਰੀਪੀਅਰ ਦੇ ਸਾਰਿਆਂ ਦੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਅਪਲੋਡ ਹੋਣੇ ਸ਼ੁਰੂ ਹੋ ਜਾ। ਟਾਈਪ ਵੀਡੀਓ ਨੂੰ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ। ਸੋ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।